ਅੱਜ ਤਲਵਾੜਾ ਵਿਖੇ ਉਸ ਸਮੇਂ ਅਫੜਾ ਤਫੜੀ ਮੱਚ ਗਈ ਜਦੋਂ ਇੱਕ ਕਾਰ 52 ਗੇਟ ਦੇ ਵੱਲੋਂ ਤਲਵਾੜਾ ਵੱਲ ਆ ਰਹੀ ਸੀ ਤੇ ਅਚਾਨਕ ਸ਼ਿਖਾ ਹੋਟਲ ਤੋਂ ਪਹਿਲਾਂ ਕਾਰ ਸ਼ਾਹ ਨਹਿਰ ਵਿੱਚ ਜਾ ਡਿੱਗੀ। ਨਹਿਰ ਵਿੱਚ ਡਿੱਗੀ ਗੱਡੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪੁੱਜ ਕੇ ਸਥਿਤੀ ਤੇ ਨਜ਼ਰ ਰੱਖੀ ਹੋਈ ਹੈ ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ। ਇਸ ਸੰਬੰਧੀ ਬਾਕੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ, ਪਬਲਿਕ ਸਪੋਰਟ ਨਿਊਜ਼ ਫੋਕਸ। ਨੀ ਬੰਦਾ ਬੋਲਦਾ ਵੀ ਨਹੀਂ ਕੁਛ, ਤਾਂ ਗਈ ਹੁਣ ਅੰਦਰ, ਬੋਲਣਾ ਗਿਆ ਨਹੀਂ ਵਿਚਾਰੇ ਨਾਲ, ਵਿੱਚੋਂ ਮਰ ਗਿਆ ਉਦਾਂ ਹੀ ਵਿੱਚੋਂ। ਗੱਡੀ ਨੰਬਰ ਬਣਾਈ ਗਿਆ, ਗੱਡੀ ਨੰਬਰ ਹੈ 9 ਹੈ, ਪਤਾ ਨਹੀਂ ਬੀਵੀ 0 ਨਹੀਂ। ਉਹਨਾਂ ਨੂੰ ਫਾਇਰ ਹੋ ਗਿਆ, ਡਾਇਰ ਫੋਨ ਕਰਦੇ ਹੈ ਨਹੀਂ, ਟਾਇਰ ਵੀ ਸਪੀਡ 'ਚ ਗਿਆ ਨਾ। ਤਾਰੂ ਹੋਇਆ ਤਾਂ ਪਿੱਛੇ ਉਹਨੂੰ ਟਾਇਰ ਨੂੰ ਰੱਸਾ ਪਾ ਕੇ ਨਾ, ਫਿਰ ਉਹਨੂੰ ਲਿਆਓ ਬੰਨੇ ਨੂੰ। ਡੁੱਬ ਜਾਣੀ ਗੱਡੀ, ਗੱਡੀ ਡੁੱਬ ਜਾਣੀ, ਗੱਡੀ ਡੁੱਬ ਗਈ, ਬੰਦਾ ਗਿਆ, ਬੰਦੇ ਨੇ ਵੀ ਚੱਲ ਜਾਣਾ, ਅੰਦਰ ਪਾਣੀ ਭਰਵਾ ਗੱਡੀ ਵਾਲੇ ਵਾਲੀ, ਗੱਡੀ ਪੁੱਠੀ ਹੋਣੀ ਬਾਅਦ 'ਚ।